ਜਸਵੰਤ ਸਿੰਘ ਕਵਲ ਦੀ ਕਹਾਣੀ ਜਿਉਣਾ ਵਿਰੋਧਾਂ ਨਾਲ ਜੰਗ ਲੜਨਾ ਹੈ ਜੇ ਅਜੀਤਪਾਲ ਪੁੰਨਿਆਵਤੀ ਨੂੰ ਬਾਹਾਂ ਅੱਡ ਕੇ ਨਾ ਸੰਭਾਲਦਾ ਉਹ ਪੌੜੀਆਂ ਉੱਤਰਦੀ ਸਿਰ ਪਰਨੇ ਡਿੱਗਦੀ ਤੇ ਉਹ ਡਿਉਡੀ ਬੇहद ਉਦਾਸ ਤੇ ਅਸਲੋਂ ਅਵਾਕ ਸੀ ਮੁੰਡੇ ਨੇ ਸਦਾ ਹੱਸਦੀ ਪੁੰਨੋ ਨੂੰ ਇਸ ਤਰ੍ਹਾਂ ਸਾਗਵਾਟ ਕਦੇ ਨਹੀਂ ਵੇਖਿਆ ਸੀ ਆਖਿਰ ਇਹਨੂੰ ਹੋਇਆ ਕੀ ਉਹਦੀਆਂ ਸੋਚਾਂ ਨੇ ਹੈਰਾਨੀ ਦਾ ਜਾਲਾ ਲਾਉਣਾ ਸ਼ੁਰੂ ਕਰ ਦਿੱਤਾ ਹੂੰ ਇਉਂ ਹੋਣਾ ਹੀ ਸੀ ਆਪਣੀ ਪੱਧਰ ਤੋਂ ਪੈਰ ਛੱਡ ਜਾਣ ਵਾਲੇ ਨੂੰ ਅਜਿਆ ਅਜਈ ਹੋਣੀ ਨਾਲ ਅਵੇਰ ਸਵੇਰਵਾ ਪੈਂਦਾ ਹੀ ਹੈ ਪਰ ਇਸ ਕੁੜੀ ਦੀ ਥਾਂ ਮੈਂ ਪਾ ਸਕਾਂਗਾ ਨਾਟਕਾਂ 'ਚ ਰੰਗ ਬਦਲਣ ਵਾਲੀ ਔਰਤ ਨੂੰ ਤਾਂ ਦੇ ਨਹੀਂ ਲੁਕਮਾਨ ਵੀ ਨਹੀਂ ਸਮਝ ਸਕਿਆ ਸੀ ਨਾਟਕਾਂ ਤੇ ਫਿਲਮਾਂ 'ਚ ਆ ਕੇ ਕਿਤੇ ਔਰਤ ਦੀ ਰੂਹ ਮਰ ਜਾਂਦੀ ਹੈ ਮਰੇ ਭਾਵੇਂ ਨਾ ਪਰ ਭੁੰਟਣੀਆਂ ਦੀ ਬਿਮਾਰੀ ਉਹਨੂੰ ਜ਼ਰੂਰ ਲੱਗ ਜਾਂਦੀ ਹੈ ਪੁੰਨਿਆਵਤੀ ਅਜੀਤਪਾਲ ਦੇ ਪਿੰਡ ਦੀ ਕੁੜੀ ਜਵਾਨ ਤੇ ਖੂਬਸੂਰਤ ਫਰੋਦਾ ਬਾਪ ਪਾਕਿਸਤਾਨ ਬਣਨ ਸਮੇਂ ਪਛਮੀ ਪੰਜਾਬ ਚ ਉੱਜੜ ਕੇ ਆਇਆ ਸੀ ਉਜਾਦਾ ਅਰੋੜਾ ਖੱਤਰੀ ਸੀ ਕੁਝ ਸਮਾਂ ਉਸ ਸਾਈਕਲ ਉੱਤੇ ਫੇਰੀ ਲਾਈ ਮੁਰ ਅਜੀਤਪਾਲ ਦੇ ਪਿੰਡ ਹੱਟੀਪਾ ਕੇ ਬਹਿ ਗਿਆ ਅਜੀਤਪਾਲ ਦਾ ਬਾਪ ਜ਼ਾਤ ਦਾ ਚੌਰ ਸੀ ਹੱਥ ਨਾਲ ਕੇ ਲਾਉਣ ਪਿੱਛੋਂ ਉਸ ਬੋਰਾ ਦਾ ਕੰਮ ਸ਼ੁਰੂ ਕਰ ਦਿੱਤਾ ਸੀ ਦੋਵੇਂ ਘਰ ਜਾਤਾਂ ਦੇ ਫਰਕ ਨਾਲ ਗਵੰਡੀ ਤੇ ਗੁਰਦੁਆਰੇ ਦੇ ਇਕਸਾਰ ਸਰਦਾਲੂ ਸਨ ਅਜੀਤਪਾਲ ਜਦੋਂ ਪੰਜਵੀਂ ਚ ਸੀ ਪੁੰਨੋਂ ਤੀਜੀ ਚ ਪੜਦੀ ਸੀ ਅਜੀਤਪਾਲ ਨੇ ਔਖੇ ਸਵਾਲ ਉਹਨੂੰ ਸਮਝਾਏ ਸਨ 8ਵੀਂ ਤੱਕ ਉਹ ਇੱਕ ਤਰ੍ਹਾਂ ਕੁੜੀ ਨੂੰ ਪੜਾਉਂਦਾ ਰਿਹਾ ਸੀ ਪੁੰਨਿਆ ਦੇ 8ਵੀਂ ਕਰ ਲੈਣ ਪਿੱਛੋਂ ਅਚਾਨਕ ਉਹਦਾ ਬਾਪ ਸ਼ਹਿਰੋਂ ਸੌਦਾ ਲੈਣ ਗਿਆ ਬੱਸਾਂ ਦੇ ਹਾਦਸੇ 'ਚ ਮਾਰਿਆ ਗਿਆ ਕੁੜੀ ਆਪਣੇ ਬਾਪ ਦੀ ਇਕਲੌਤੀ ਧੀ ਸੀ ਉਸ ਦੋ ਹੱਥੜ ਪਿੱਟ ਪਿੱਟ ਆਪਣਾ ਬੁਰਾ ਹਾਲ ਕਰ ਲਿਆ ਉਹਦੀ ਮਾਂ ਗੁਰਦੇਈ ਵੱਖ ਮੁੱਦੀ ਪਈ ਸੀ ਅਜੀਤ ਨੇ ਆਪੂ ਰੋਂਦਿਆਂ ਦੋਹਾਂ ਨੂੰ ਦਿਲਾਸਾ ਦਿੱਤਾ ਦੁੱਖ ਦੇ ਦਿਨਾਂ 'ਚ ਮੁੰਡੇ ਨੇ ਉਹਨਾਂ ਦੇ ਸਾਰੇ ਕੰਮ ਸਿਮੇਟ ਲਏ ਰਿਸ਼ਤੇਦਾਰ ਉਹਨਾਂ ਦੇ ਸਾਰੇ ਖੇ ਲਰ ਗਏ ਸਨ ਪੁੱਨੋ ਦਾ ਮਾਮਾ 2 ਦਿਨ ਰਹਿ ਕੇ ਤੁਰ ਗਿਆ ਮੜੋ ਭੋਗ ਵਾਲੇ ਦਿਨ ਵੀ ਨਾ ਬੋੜਿਆ ਹੱਟੀ ਨੇ ਹੁਣ ਤੱਕ ਉਹਨਾਂ ਦਾ ਗੁਜ਼ਾਰਾ ਤਾਂ ਤੋਰੇਆ ਸੀ ਪਰ ਪੱਲੇ ਖਾਸ ਰਾਸ ਕੋਈ ਨਹੀਂ ਬੰਨੀ ਸੀ ਮਾਲਕ ਦੇ ਮਰਨੇ ਲਈ ਗੁਰਦੇਈ ਨੇ ਕੰਨਾਂ ਦੀਆਂ ਵਾਲੀਆਂ ਵੇਚ ਦਿੱਤੀਆਂ ਸਨ ਇਹ ਵਾਲੀਆਂ ਉਹਦੀ ਮਾਂ ਨੇ ਪਾਈਆਂ ਸਨ ਤੇ ਉਹ ਚਾਹੁੰਦੀ ਸੀ ਫੁੰਨਿਆਂ ਨੂੰ ਉਹਦੇ ਵਿਆਹ ਉੱਤੇ ਧਵਾ ਕੇ ਪਾਵਾਂਗੇ 15-20 ਦਿਨ ਹੱਟੀ ਬੰਦ ਰਹੀ ਤੇ 250 ਭੋਗ ਪੈਣ ਤੱਕ ਹੱਥ ਘੁੱਟਦਿਆਂ ਵੀ ਨਿਕਲ ਗਿਆ ਚਾਈ ਹੁਣ ਆਪਾਂ ਕੀ ਕਰਾਂਗੇ ਕੁੜੀ ਤੋਂ ਘਰ ਦੀ ਹਾਲਤ ਗੁੱਝੀ ਨਹੀਂ ਸੀ ਰੱਬ ਇਹ ਰੱਖਿਆ ਤੇ ਇਹ ਮਾਂ ਨੇ ਹੋਕੇ ਨਾਲ ਗੱਲ ਪਰ ਲਿਆ ਦੋਵੇਂ ਨਿੱਤਰੀਆਂ ਹੋ ਗਈਆਂ ਹੋਰ ਕੋਈ ਕੰਮ ਵੀ ਨਹੀਂ ਆਉਂਦਾੁਰਦੇਈ ਦੀ ਆਖਰੀ ਗੱਲ ਆਉਂਦੇ ਜੀਤਪਾਲ ਨੇ ਸੁਣ ਲਈ 베ਜੀ ਤੁਸੀਂ ਦਿਲ ਨਾ ਛੱਡੋ ਉਹ ਪੱਥਰਾਂ 'ਚ ਪੈਦਾ ਕੀਤੇ ਜੀਆਂ ਨੂੰ ਵੀ ਰਿਜ਼ਕ ਦਿੰਦਾ ਹੈ। ਹੋਰ ਨਾ ਸੇ ਤੁਸੀਂ ਹੱਟੀ ਤਾਂ ਚਲਾ ਹੀ ਸਕਦੀਆਂ। ਬੇਪੁੱਤਰਾ ਕੋਹਾ ਵਖਤਾ ਪਿਆ ਸਾਡਾ ਕੋਈ ਹਾਲ ਨਹੀਂ। ਤੂੰ ਹਾਲੇ ਸਹਾਰਾ ਦੇ ਜਾਣਾ। ਗੁਰਦੇਈ ਨੇ ਆਸਰੇ ਵੱਜੋਂ ਜੀਤਪਾਲ ਦਾ ਮੋਢਾ ਕੁੱਟ ਲਿਆ। ਬੇਜੀ ਮੈਂ ਤੁਹਾਨੂੰ ਸ਼ਹਿਰੋਂ ਸੌਦਾ ਲਿਆ ਦਿਆਂ ਕਰਾਂਗਾ। ਤੁਸੀਂ ਦੁਕਾਨ ਤੋਰੋ। ਪਰ ਉਸ ਰੁੱਕੇ ਗਿਆ। ਪੁੱਤ ਨੂੰ ਪੜਨੋਂ ਨਹੀਂ ਹਟਾਉਣਾ। 10ਵੀਂ ਕਰਕੇ ਟਾਈਪ ਸ਼ਾਟ ਸਿੱਖ ਲੈਗੀ। ਤੇ ਫਿਰ ਆਪੇ ਕਿਤੇ ਲੱਗ ਜਾਏਗੀ ਉਹ ਗੁਰਦੇਈ ਨੂੰ ਸਿਆਣਿਆਂ ਵਾਂਗ ਮੱਤਾ ਦੇ ਰਿਆ ਸੀ ਪਰ ਆਪ ਦਸਵੀਂ ਕਰਕੇ ਘਰ ਵਿਹਲਾ ਬੈਠਾ ਸੀ ਤੇ ਟਾਈਪ ਸਿੱਖਣ ਦੀ ਬੇਉੰਤਾਂ ਲਾ ਰਿਹਾ ਸੀ ਗੁਰਦੇਈ ਨੇ ਆਪੂ ਵੀ ਸੋਚਿਆ ਜੇ ਕੁਝ ਕਰਾਂਗੇ ਨਹੀਂ ਤੇ ਜਵਾਨ ਹੋ ਰਹੀ ਧੀ ਨੂੰ ਬਾਰੋਂ ਕਿਵੇਂ ਉਠਾਵਾਂਗੇ ਉਸ ਵੈਗਰੂ ਸਤਨਾਮ ਆਖ ਦੁਕਾਨ ਖੋਲੀ ਸੰਭਰੀ ਪੋਚਾ ਦਿੱਤਾ ਅਰਗਬਤੀ ਨੂੰ ਸਿੱਖ ਲਾ ਕੇ ਤੱਕੜੀ ਵੱਟੇ ਧੋਣ ਲੱਗ ਪਈ ਅਜੀਪਾਲ ਸ਼ੈਰੋਂ ਨੂੰ ਲੋੜਿੰਦਾ ਸੌਦਾ ਲਿਆ ਦਿੰਦਾ ਗੁਰਦੇਈ ਦੋ ਜੱਟਾਂ ਦੇ ਘਰੋਂ ਮੂੰਹ ਨੇ ਰੇ ਦੁੱਧ ਚੁਆ ਲੈਂਉਂਦੀ ਮਾਵਾਂ ਧੀਆਂ ਨੇ ਹਿੰਮਤ ਕਰਕੇ ਗੁਜ਼ਾਰਾ ਤੋੜ ਲਿਆ ਸਮਾਂ ਇੱਕ ਸਾਰ ਕਦੇ ਨਹੀਂ ਚੱਲਦਾ ਉਹਨੂੰ ਉਥਲ-ਪੁਥਲ ਕਰਨ ਦੀ ਖੋਟੀ ਆਦਤ ਹੈ ਜਵਾਨ ਮੁੰਡਿਆਂ ਅਜੀਤ ਤੇ ਪੁੰਨੋਂ ਦੀਆਂ ਗੱਲਾਂ ਜੋੜਨੀਆਂ ਸ਼ੁਰੂ ਕਰ ਦਿੱਤੀਆਂ ਪਰ ਹਾਲੇ ਖੰਭਾਂ ਦੀਆਂ ਡਾਰਾਂ ਨਹੀਂ ਬਣੀਆਂ ਸੀ ਇੱਕ ਜੱਟ ਗੁਰਦੇਈ ਦੀ ਗੈਰ ਹਾਜ਼ਰੀ ਚ ਪੁੰਨੋਂ ਤੋਂ ਸੌਦਾ ਲੈਣ ਆਉਂਦਾ ਦੀਰ ਕਾਣਾ ਝਾਕਦਾ ਤੇ ਮੁੱਛਾਂ ਮਰੋੜ ਮੁਸਕਾਉਂਦਾ ਉਹਨੂੰ ਅਜੀਤਪਾਲ ਨੇ ਵਜਾ ਵਜਾ ਰੋਕਿਆ ਪਰ ਆਫਰਿਆ ਜੱਟ ਅਜੀਤ ਦੇ ਗਲ ਪੈ ਗਿਆ ਕਿਉਂ ਤੇਰੀ ਮਾਸੀ ਦੀ ਧੀ ਲੱਗਦੀ ਐ ਧੀਆਂ ਭੈਣਾ ਸਭ ਦੀਆਂ ਸਾਂਝੀਆਂ ਹੁੰਦੀਆਂ ਤੂੰ ਐਵੇਂ ਤਾਂ ਨਹੀਂ ਸ਼ਹਿਰੋਂ ਸੌਦਾ ਲਿਆ ਦਿੰਦਾ ਤੈਨੂੰ ਭਲੇ ਮਾਨਸ ਨੂੰ ਮੈਂ ਬਹੁਤ ਚਿਰ ਦਾ ਜਾਣਦਾ ਤੂੰ ਤੂੰ ਮੈਂ ਮੈਂ ਦਾ ਬੋਲ ਬੁਲਾਰਾ ਪੁੰਨੋ ਤੱਕ ਵੀ ਪਹੁੰਚ ਗਿਆ ਉਹਦਾ ਮਲੂਕਮਨ ਲਰਜ਼ੇ ਖਾਨ ਲੱਗਾ ਉਸ ਅਗਲੇ ਦਿਨ ਹੀ ਅਜੀਤਪਾਲ ਨੂੰ ਨਰਮੀ ਨਾਲ ਸਮਝਾਇਆ ਅਜੀਤਪਾਲ ਤੂੰ ਬੁਰਾ ਨਾ ਮੰਨੀ ਹਾੜੇ ਉਹ ਗੱਲ ਕਰਦੀ ਰੁਕ ਗਈ ਬੁਰਾ ਕਿਹੜੀ ਗੱਲ ਦਾ ਮੁੰਡਾ ਕੁੜੀ ਵੱਲ ਬਿਟਰ ਝਾਕਣ ਲੱਗਾ ਦੇਖ ਤੂੰ ਦਲੀਬੇ ਨਾਲ ਨਾ ਲੜੀ ਮੈਂ ਤੇਰੀ ਮਿੰਨਤ ਕਰਦੀ ਆ ਕਿਸੇ ਅਣਹੋਏ ਤਰੇ ਵਿੱਚ ਪੁੰਨੋ ਦਾ ਰੰਗ ਪੀਸੀ ਹਲਦੀ ਬਣਿਆ ਪਿਆ ਸੀ ਮੈਂ ਸਾਲੇ ਦੇ ਸਿਗਰਮੇ ਪੀ ਲਾਂ ਜੇ ਉਸ ਤੇਰੇ ਵੱਲ ਮੈਲੀ ਅੱਖ ਝਾਕਿਆ ਮੁੰਡਾ ਜਾਨ ਦੀ ਬਾਜ਼ੀ ਲਾ ਦੇਣ ਤੱਕ ਹਿੱਕ ਥਾਪੜ ਗਿਆ ਨਹੀਂ ਵੀਰ ਇਹ ਹੋ ਨਹੀਂ ਐਨਾ ਉਹ ਜਾਣਦੀ ਸੀ ਲੜਨਗੇ ਦੋਵੇਂ ਤੇ ਬਦਨਾਮ ਮੈਂ ਹੋਵਾਂਗੀ ਸਗੋਂ ਤੂੰ ਵੀ ਬਹੁਤਾ ਨਾ ਆਇਆ ਕਰ ਸੌਦਾ ਆਪਣੇ ਝਾਈ ਲਿਆ ਕਰੇਗੀ ਇੱਕਦਮ ਮੁੰਡੇ ਦੇ ਵਿਸ਼ਵਾਸ ਦਾ ਥੰਮ ਹਿੱਲ ਗਿਆ ਉਹ ਆਪੇ ਨੂੰ ਇਹਨਾਂ ਦੇ ਬਹੁਤ ਨੇੜੇ ਸਮਝਦਾ ਸੀ ਘਰ ਦੇ ਜੀਆ ਮੰਗੇ ਕਈ ਵਾਰ ਕੰਮੋਂ ਆਇਆ ਰੋਟੀ ਚਾਹ ਵੀ ਉੱਥੇ ਛੱਕ ਲੈਂਦਾ ਪਰ ਹੁਣ ਉਹਨੂੰ ਆਪਣੇ ਸਿਰ ਨਾਲ ਪਿੰਡ ਦੀ ਪਿੰਡ ਵੀ ਚੱਕਰ ਖਾਂਦਾ ਪ੍ਰਤੀਤ ਹੋ ਰਿਹਾ ਸੀ ਠੀਕ ਹੈ ਮੁੰਡੇ ਨੇ ਆਪੇ ਨੂੰ ਗੁਸੈਲੇ ਹੋ ਕੇ ਚ ਲਪੇਟ ਲਿਆ ਤੇ ਕ ਸੀਸ ਵੱਟ ਕੇ ਰੁੱਖੇ ਬਾਣਾ ਚ ਆ ਗਿਆ ਇਹ ਕਿਹੋ ਜੀ ਦੁਨੀਆ ਇਹਦੇ ਤੇ ਭਰੋਸਾ ਕਰਨਾ ਲਾਹਨਤ ਪੁੰਨਿਆ ਨੇ ਮੈਨੂੰ ਹਟਕਿਆ ਮਨਾ ਤੂੰ ਕਿੰਨੇ ਸੁਪਨਿਆਂ ਦੇ ਮਹਿਲ ਉਸਾਰੀ ਜਾ ਰਿਹਾ ਸੀ ਉਹ ਦੁਨੀਆ ਇਹਦੇ ਕਮੀਨੇ ਲੋਕ ਸਭ ਸਾੜ ਦੇਣ ਵਾਲੇ ਐ ਥੱਕਾ ਟੁੱਟਾ ਸ਼ਾਮ ਨੂੰ ਆਪਣੇ ਮਾਸਟਰ ਕਰਤਾਰ ਕੋਲ ਆ ਗਿਆ ਮਾਸਟਰ ਜੀ ਜੇ ਸਿੱਧੀ ਨੀਅਤ ਨਾਲ ਜੀਣ ਵਾਲੇ ਬੰਦੇ ਨੂੰ ਚੰਦਰੀ ਦੁਨੀਆ ਜੀਣ ਨਾ ਦੇਵੇ ਫਿਰ ਕੀ ਕਰਨਾ ਚਾਹੀਦਾ ਦੁਨੀਆ ਨੂੰ ਜਿੱਤਣਾ ਚਾਹੀਦਾ ਮਾਸਟਰ ਕਰਤਾਰ ਆਪਣੇ ਸ਼ਾਗਿਰਦ ਯਾਰ ਦਾ ਉਦਾਸ ਮੂੰਹ ਮੁਸਕਾਇਆ ਚੋਂਦਾ ਸੀ ਦੁਨੀਆ ਤਾਂ ਜੀ ਸਿਕੰਦਰ ਤੋਂ ਨਹੀਂ ਜਿੱਤੀ ਗਈ ਪਹਿਲਾਂ ਦੁਨੀਆ ਨੂੰ ਸਮਝੋ ਮੁੜ بار بار ਕੀਤੀ ਮਿਹਨਤ ਨਾਲ ਜੂਜੋ ਕੁਰਬਾਨੀ ਅੱਗੇ ਦੁਨੀਆ ਜ਼ਰੂਰ ਹਾਰ ਜਾਂਦੀ ਹੈ ਮਾਸਟਰ ਜੀ ਕਿਹੜੇ ਲੰਮੇ ਰਾਹੀ ਪਾਉਂਦੇ ਹੋ ਤਤ ਫਟ ਦਾ ਗੁਰਮੰਤਰ ਦੱਸੋ ਬਦਲੇ ਦੀ ਭਾਵਨਾ ਚ ਉਹਦਾ ਮੁੱਠਾ ਤਪਿਆ ਸੀ ਤਤ ਫਟ ਦਾ ਜਾਦੂ ਕੋਈ ਨਹੀਂ ਕੇਵਲ ਮਿਥਿਆਸ ਦੀਆਂ ਬਾਤਾਂ ਚੋਂਦਾ ਮਾਸਟਰ ਨੇ ਹਮਦਰਦੀ ਨਾਲ ਸਮਝਾਇਆ ਤੂੰ ਆਰਥਿਕ ਪੱਖੋਂ ਟੁੱਟੀ ਜਮਾਦਾਂ ਬੰਨ੍ਹਣਾ ਛਾਲ ਮਾਰ ਕੇ ਪੌੜੀ ਦਾ ਉਤਲਾ ਡੰਡਾ ਨਹੀਂ ਫੜ ਸਕਦਾ ਲੰਮੀ ਸਦਕ ਨਾਲ ਕੋਲ ਕਰਨਾ ਪਾਏਗਾ ਤੇ ਆਖਰੀ ਗੁਰਮੰਤਰ ਸੁਣ ਹੌਸਲਾ ਛੱਡ ਦੇਣ ਵਾਲਾ ਸੂਰਮਾ ਕਦੇ ਨਹੀਂ ਹੁੰਦਾ ਜਿਉਣਾ ਵੀ ਆਪਣੇ ਤਰ੍ਹਾਂ ਦੇ ਸਬਰ ਨਾਲ ਜੰਗ ਲੜਨਾ ਹੈ ਔਰ ਕੋਈ ਵਾਰ ਨਾ ਜਾਂਦੀ ਵੇਖ अजीतਪਾਲ ਨੇ ਮਾਸਟਰ ਯਾਰ ਦੀਆਂ ਸਮਝੌਤੀਆਂ 'ਚ ਖੇਲ ਰੇ ਆਪੇ ਨੂੰ ਜੋੜਨ ਤੇ ਬੰਨ ਮਾਰਨਾ ਸ਼ੁਰੂ ਕਰ ਦਿੱਤਾ ਉਹਨਾਂ ਦਿਨਾਂ 'ਚ ਪਿੰਡ ਦੇ ਹਾਈ ਸਕੂਲ 'ਚ ਸਰਕਾਰੀ ਡਰਾਮਾ ਆ ਗਿਆ अजीत ਨੇ ਮਾਸਟਰ ਦੇ ਅੱਖਣ ਉੱਤੇ ਡਰਾਮੇ ਵਾਲਿਆਂ ਦੀ ਰੋਟੀ ਦਾ ਬੰਦੋਬਸਤ ਕੀਤਾ ਤੇ ਸਟੇਜ ਲਈ ਲੋੜੀਂਦਾ ਸਮਾਨ ਇਕੱਠਾ ਕਰਨ 'ਚ ਫੁਰਤੀ ਵਿਖਾਈ ਡਾਇਰੈਕਟਰ ਗੁਪਤੇ ਨੂੰ अजीतਪਾਲ ਦੀ ਫੁਰਤੀ ਤੇ ਆਗਿਆਕਾਰੀ ਪਸੰਦ ਆ ਗਈਆਂ ਉਸ ਮਾਸਟਰ ਕਰਤਾ ਰਾਈਂ अजीत ਨੂੰ ਮੰਗ ਲਿਆ ਉਹਨਾਂ ਨੂੰ ਚੌਥੇ ਦਰਜੇ ਦੇ ਇੱਕ ਮੁਲਾਜ਼ਮ ਦੀ ਲੋੜ ਸੀ ਪੁੰਨੋ ਦੇ ਮੁੱਖ ਮੋੜ ਲੈਣ ਪਿੱਛੋਂ ਉਦਾਸ ਅਜੀਤ ਨੇ ਸਰਕਾਰੀ ਚਪੜਾਸੀ ਬਣ ਕੇ ਪਿੱਛੋਂ ਨਿਕਲ ਜਾਣ 'ਚ ਆਪਣਾ ਕਲਿਆਣ ਸਮਝੀ ਪਿੰਡ ਰਹਿ ਕੇ ਪੁੰਨੋ ਨੂੰ ਨਾ ਮਿਲੇ ਇਹ ਉਹਦੇ ਜਜ਼ਬਾਤ ਤੋਂ ਬਾਰੀ ਗੱਲ ਸੀ ਦੋ ਸਾਲ ਦੀ ਕਰੜੀ ਤੇ ਆਗਿਆਕਾਰ ਸੇਵਾ ਨਾਲ ਉਸ ਆਪਣੇ ਵਿਭਾਗ ਦੇ ਅਧਿਕਾਰੀਆਂ ਤੇ ਸਾਰੇ ਕਰਮਚਾਰੀਆਂ ਨੂੰ ਮੋਲਿਆ ਗੁਪਤਾ ਉਸੋਤੇ ਖਾਸਾ ਮਿਹਰਬਾਨ ਸੀ ਅਜੀਤ ਉਹਦੇ ਘਰ ਦਾ ਵੀ ਮਾੜਾ ਮੋਟਾ ਕੰਮ ਕਰ ਆਉਂਦਾ ਇਨਾ ਦੋ ਸਾਲਾਂ ਚ ਉਸ ਬੀਏ ਪਹਿਲਾ ਭਾਗ ਪਾਸ ਕਰ ਲਿਆ ਗੁਪਤੇ ਨੂੰ ਕਹਿ ਕਹਾ ਕੇ ਉਹਨੂੰ ਆਪਣੇ ਡਿਪਾਰਟਮੈਂਟ ਕਲਰਕ ਲੱਗਦਾ ਕਰ ਲਿਆ ਕਲਰਕ ਬਣ ਕੇ ਉਹ ਇੱਕਦਮ ਟੌਰਚ ਆ ਗਿਆ ਉਹ ਕੋਟ ਪੈਂਟ ਕੱਸ ਕੇ ਪਿੰਡ ਆਇਆ ਆਪਣੀ ਹਾਨੀਆਂ ਚ ਅਜੀਤ ਕੱਦਾਵਰ ਦਿਸਣਾ ਚਾਹੁੰਦਾ ਸੀ ਅਸਲ ਚ ਜੀਤ ਦਸਵੀਂ ਕਰਕੇ ਹੁਣ ਤੱਕ ਵਿਹਲੀ ਬੈਠੀ ਪੁੰਨਯਾਵਤੀ ਨੂੰ ਆਪਣੀ ਤਰੱਕੀ ਨਾਲ ਪੋਜੀਸ਼ਨ ਵਿਖਾਉਣਾ ਚਾਹੁੰਦਾ ਸੀ ਸਭ ਤੋਂ ਪਹਿਲਾਂ ਉਸ ਮਾਸਟਰ ਕਰਤਾਰ ਦੇ ਪੈਰੀਂ ਹੱਥ ਜਾ ਲਿਆ ਉਤਰਾ ਇਮਾਨਦਾਰੀ ਦੇ ਸਿੱਧਕ ਬਿਨਾ ਬੰਦਾ ਕੱਖੋਂ ਹੌਲਾ ਹੋ ਜਾਂਦਾ ਹੈ ਤੇ ਜ਼ਿੰਦਗੀ ਤਾਂ ਆਪਾਂ ਵਾਰਿਆਂ ਮਿਲਦੀ ਹੈ। ਮਾਸਟਰ ਨੇ ਉਹਨੂੰ ਸ਼ਾਬਾਸ਼ ਦਿੱਤੀ। ਮਾਸਟਰ ਜੀ ਤੁਸੀਂ ਦੋਸਤ ਤੇ ਗੁਰੂ ਹੀ ਨਹੀਂ ਜ਼ਿੰਦਗੀ ਦਾਤੇ ਵੀ ਹੋ। ਤੁਹਾਡਾ ਨਾਂ ਕਿਤੇ ਵੀ ਨੀਵਾਂ ਨਹੀਂ ਹੋਣ ਦੇਵਾਂਗਾ। ਹੁਣ ਮੇਰੇ ਪੈਰਾਂ ਨੂੰ ਪੱਕੀ ਸੜਕ ਮਿਲ ਗਈ ਹੈ। ਨਾ ਥੜਕਾਂਗਾ ਨਾ ਕੱਚੇ ਲਹਾਂਗਾ। ਅਜੀਤ ਨੇ ਭਰੋਸੇ ਤੇ ਦ੍ਰਿੜਤਾ ਨਾਲ ਆਖਿਆ। ਹੁਣ ਤੈਨੂੰ ਸਿੱਖਿਆ ਦੀ ਲੋੜ ਨਹੀਂ ਤੁਰਨ ਵਾਲੇ ਮੰਜ਼ਲ ਆਪ ਹੀ ਲੈਂਦੇ ਆ ਮਾਸਟਰ ਨੇ ਉਹਦਾ ਹੌਸਲਾ ਵਧਾਇਆ ਉਥੋਂ ਮੋੜਾ ਕੱਟ ਕੇ ਗੁਰਦੇਈ ਦੀ ਦੁਕਾਨ ਤੇ ਆ ਗਿਆ ਗੁਰਦੇਈ ਦੋ ਸਾਲਾਂ ਚ ਦੀ ਵਿੱਚ ਹੀ ਚਿਹਰੇ ਦੀ ਰੰਗਤ ਉਟਾ ਕੇ ਝੁਰੜਾ ਆ ਗਈ ਸੀ ਅੱਖਾਂ ਨੂੰ ਐਨਕ ਲੱਗ ਚੁੱਕੀ ਸੀ ਉਹਨੂੰ ਦੇਖ ਕੇ ਜੀਤਪਾਲ ਦਾ ਹੌਕਾ ਨਿਕਲ ਗਿਆ ਕੋਟ ਪੈਂਟ ਵਿੱਚ ਗੁਰਦੇਈ ਨੇ ਉਹਨੂੰ ਪਛਾਣਿਆ ਨਾ ਵੇ ਜੀ ਮੈਂ ਜੀਤਪਾਲ ਹਾਂ ਉਹ ਥੋੜਾ ਮੁਸਕਰਾਉਂਦਿਆਂ ਪੈਰੀ ਹੱਥ ਲਾਏ ਵੇ ਸਦਕੜੇ ਪੁੱਤਰਾ ਲੈ ਤੇਰਾ ਤਾਂ ਬੋਲ ਪਛਾਣਿਆ ਨੇਗਾ ਨੂੰ ਤਾਂ ਅੱਗ ਹੀ ਲੱਗੇ ਗੁਰਦੇਈ ਨੇ ਮੁੰਡੇ ਦਾ ਮੋਢਾ ਥਾਪੜਦੇ ਅੰਦਰੋਂ ਵਾਲ ਆਵਾਜ਼ ਮਾਰੀ ਪੁੰਨਿਆ ਵੇਖ ਭਰਾ ਜੈਂਟਲਮੈਨ ਬਣ ਕੇ ਆਇਆ ਅਜੀਤ ਨੇ ਹੱਟੀ ਵਿੱਚ ਦੀ ਬਾਰੀ ਰਾਹ ਆਉਂਦੀ ਪੁੰਨੋਂ ਨੂੰ ਤੱਕਿਆ ਉਹਦਾ ਦਿਲ ਕਿਸੇ ਨਵੀਂ ਸ਼ੱਕ ਨਾਲ ਬੁਰੀ ਤਰ੍ਹਾਂ ਧੜਕ ਰਿਹਾ ਸੀ ਪਿਛਲੇ ਬਰੇ ਤੋਂ ਪੁੰਨਿਆ ਉਸ ਨਾਲੋਂ ਹੋਰ ਕੱਟੀ-ਕੱਟੀ ਰਹੀ ਸੀ ਜੇ ਐਤਕੀ ਵੀ ਉਸ ਮੂੰਹ ਫੇਰ ਲਿਆ ਬਸ ਮਾਰ ਹੀ ਜਾਏਗਾ ਪੁੰਨੋਂ ਨੂੰ ਵੇਖ ਕੇ ਮੁਸਕਰਾਉਣਾ ਨਾ ਰਹਿ ਸਕੇ ਸਸੀਕਾਲ ਦੋਹਣੇ ਸਾਂਝੇ ਹੱਥ ਜੋੜ ਦਿੱਤੇ ਹੁਣ ਤੂੰ ਕਿਤੇ ਹੋਰ ਲੱਗ ਗਿਆ ਬੇਜੀ ਨੇ ਉਹਨੂੰ ਹਲੂਣ ਕੇ ਪੁੱਛਿਆ ਮੈਨੂੰ ਕਲਰਕ ਦੀ ਪੋਸਟ ਮਿਲ ਗਈ ਹੈ 350 ਰੁਪਇਆ ਹਾਲੇ ਮੈਂ ਪੜੀ ਜਾ ਰਿਹਾ ਉਸ ਜਾਣ ਕੇ ਆਪਾ ਹੁਲਾ ਰਿਆ ਬੜਾ ਚੰਗਾ ਕੀਤਾ ਲੈਕ ਪੁੱਤ ਲੈਕਬੰਦ ਪੁੱਤਰ ਤੇਰੇ ਵਰਗਾ ਹੀ ਹੋਵੇ ਘਰਦਿਆਂ ਦਾ ਭਾਰ ਹੌਲਾ ਕਰੇਗਾ ਮਾਈ ਨੇ ਲੰਮਾ ਸਾਹ ਲੈ ਕੇ ਮੁੜ ਕੇ ਆ ਬੱਚੜਿਆ ਕਿ ਤੋ ਪੁੰਨ ਨੂੰ ਵੀ ਲਵਾ ਛੱਡ ਮੈਂ ਹੁਣ ਇਹਨੂੰ ਪਿੰਡ ਨਹੀਂ ਰੱਖ ਸਕਦੀ ਹੱਟੀ ਵੀ ਸੌਦੇ ਬਿਨਾਂ ਬੰਦ ਹੋਣ ਤੇ ਆਈ ਪਈ ਐ ਤੇ ਮੈਂ ਇਹਨੂੰ ਇਕੱਲੀ ਛੱਡ ਕੇ ਸ਼ਹਿਰ ਨਹੀਂ ਜਾ ਸਕਦੀ ਗੁਜ਼ਾਰਾ ਔਖਾ ਹੈ ਕੋਈ ਬੰਨ ਚੱਪਾ ਲਾ ਸਕੇ ਅਜੀਤ ਪਾਲ ਮਾਈ ਦੀ ਫਰਿਆਦ ਨਾਲ ਇੱਕ ਗੇਠੋਰ ਉੱਚਾ ਉੱਠ ਗਿਆ ਉਸ ਤੱਕਿਆ ਪੁੰਨਿਆ ਨੇ ਇੱਕਦਮ ਉਦਾਸ ਹੋ ਕੇ ਨੀਵੀਂ ਪਾ ਲਈ ਜਿਵੇਂ ਕਹਿ ਰਹੀ ਹੋਵੇ ਹੁਣ ਤਾਂ ਤੇਰੇ ਰੱਖਣ ਦੇ ਆ ਮੁੰਡੇ ਨੇ ਉਂਗਲ ਬੁੱਲਾਂ ਤੋਂ ਚੁੱਕ ਲਈ ਤੂੰ ਤਾਂ ਮੈਨੂੰ ਮਨੋ ਤੋੜ ਵਗਾਇਆ ਪਰ ਮੈਂ ਤਾਂ ਤੈਨੂੰ ਪਿਆਰ ਕਰਦਾ ਦਿਲੋਂ ਕਿਵੇਂ ਭੁਲਾਉਂਦਾ ਧੰਨਵਾਦ ਚਲ